ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਵਾਚ ਪੰਜਾਬੀ ਅਤੇ ਦੇਸੀ ਤੜਕਾ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਕੁਝ ਗੱਲਾਂ ਬਾਤਾਂ ਕਰਾਂਗੇ ਜੱਗੇ ਜੱਟ ਦੇ ਬਾਰੇ, ਜੱਗੇ ਡਾਕੂ ਦੇ ਬਾਰੇ। ਜੱਗਾ ਜੱਟ ਦੇ ਨਾਮ ਨਾਲ ਜਾਣਿਆ ਜਾਂਦਾ ਜਗਤ ਸਿੰਘ ਪੰਜਾਬ ਦਾ ਇੱਕ ਨਾਇਕ ਡਾਕੂ ਸੀ, ਜੋ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਨੂੰ ਦੇਣ ਲਈ ਜਾਣਿਆ ਜਾਂਦਾ ਹੈ। ਉਸ ਨੂੰ ਪੰਜਾਬ ਦਾ ਰੋਬਿਨਹੁੱਡ ਵੀ ਆਖਿਆ ਜਾਂਦਾ। ਉਸ ਨੂੰ ਜੱਗਾ ਡਾਕੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਉਸਦੀ ਜ਼ਿੰਦਗੀ 'ਤੇ ਇਸ ਨਾਮ ਦੀਆਂ ਕਈ ਫਿਲਮਾਂ ਵੀ ਬਣੀਆਂ। ਜੱਗੇ ਦਾ ਜਨਮ 1901 ਦੇ ਵਿੱਚ ਬਤੌਰ ਜਗਤ ਸਿੰਘ ਇੱਕ ਸਿੱਖ ਪਰਿਵਾਰ ਦੇ ਵਿੱਚ ਪਿਤਾ ਮੱਕਣ ਸਿੰਘ ਦੇ ਘਰ ਤੇ ਮਾਂ ਭਾਗਣ ਦੇ ਕੁੱਖੋਂ ਲਾਹੌਰ ਜ਼ਿਲ੍ਹੇ ਦੇ ਇੱਕ ਪਿੰਡ ਬੁਰਜਰਨ ਸਿੰਘ ਵਾਲਾ ਵਿਖੇ ਹੋਇਆ। ਇਹ ਪਿੰਡ ਹੁਣ ਕਸੂਰ ਜ਼ਿਲ੍ਹੇ ਵਿੱਚ ਪੈਂਦਾ ਹੈ। ਜੱਗੇ ਜੱਟ ਦੀਆਂ ਦੋ ਭੈਣਾਂ ਸਨ। ਜੱਗੇ ਤੋਂ ਪਹਿਲਾਂ ਸਰਦਾਰ ਮੱਕਣ ਸਿੰਘ ਅਤੇ ਭਾਗਣ ਦੇ 6 ਬੱਚੇ ਹੋਏ, ਪਰ ਉਹਨਾਂ ਵਿੱਚੋਂ ਕੋਈ ਵੀ ਬੱਚਾ ਨਾ ਬਚਿਆ। ਇਸ ਕਰਕੇ ਮੱਕਣ ਸਿੰਘ ਦੇ ਨੇੜਲੇ ਪਿੰਡ ਸੋਢੀ ਵਾਲਾ ਦੇ ਇੱਕ ਸੰਤ ਇੰਦਰ ਸਿੰਘ ਦੇ ਕੋਲ ਗਏ, ਜਿਸ ਨੇ ਉਸ ਨੂੰ ਇੱਕ ਬੱਕਰਾ ਖਰੀਦਣ ਲਈ ਕਿਹਾ ਅਤੇ ਕਿਹਾ ਕਿ ਅਗਲਾ ਬੱਚਾ ਇਸ ਨੂੰ ਛੂਏ। ਸੰਤ ਨੇ ਇਹ ਵੀ ਆਖਿਆ ਕਿ ਬੱਚੇ ਦਾ ਨਾਮ ਅੱਖਰ ਜਿੱਜੇ ਤੋਂ ਸ਼ੁਰੂ ਹੁੰਦਾ ਹੋਇਆ ਨਾ ਰੱਖਿਆ ਜਾਵੇ। ਇਸ ਤਰ੍ਹਾਂ ਆਖਰ ਬੱਚਾ ਬਚ ਗਿਆ, ਪਰ ਉਸ ਬੱਕਰੇ ਦੀ ਮੌਤ ਹੋ ਗਈ। ਬੱਚੇ ਦੇ ਚਾਚੇ ਨੇ ਉਸਦਾ ਨਾਮ ਜਗਤ ਸਿੰਘ ਰੱਖਣ ਦੀ ਜਿੱਦ ਕੀਤੀ, ਜੋ ਕਿ ਸੰਤਾਂ ਦੀ ਹਦਾਇਤਾਂ ਦੇ ਖਿਲਾਫ ਸੀ। ਮੱਖਣ ਸਿੰਘ ਦੀ ਜੱਗੇ ਦੇ ਬਚਪਨ ਵਿੱਚ ਮੌਤ ਹੋਣ ਜਾਣ ਦੇ ਕਾਰਨ ਉਸ ਨੂੰ ਉਸਦੇ ਚਾਚੇ ਅਤੇ ਮਾਂ ਨੇ ਹੀ ਪਾਲਿਆ। ਜੱਗੇ ਦਾ ਵਿਆਹ ਨੇੜਲੇ ਪਿੰਡ ਤਲਵੰਡੀ ਦੀ ਇੰਦਰ ਕੌਰ ਦੇ ਨਾਲ ਹੋਇਆ ਅਤੇ ਇਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ, ਜਿਸ ਦਾ ਨਾਮ ਗੁਲਾਬ ਕੌਰ ਉਰਫ ਗੁਲਾਬੋ ਰੱਖਿਆ। ਜੱਗਾ ਆਪਣੇ ਖੁੱਲ੍ਹੇ ਅਤੇ ਦਲੇਰ ਸੁਭਾਅ ਦੇ ਕਰਕੇ ਨੇੜੇ ਦੇ ਪਿੰਡਾਂ ਵਿੱਚ ਮਸ਼ਹੂਰ ਸੀ। ਆਖਿਰ ਕਿਉਂ ਬਣ ਗਿਆ 250 ਕਿੱਲੇ ਦਾ ਮਾਲਕ ਡਾਕੂ? ਨੇੜੇ ਦੇ ਪਿੰਡਾਂ 'ਚ ਜੱਗੇ ਦੀ ਮਸ਼ਹੂਰੀ ਤੋਂ ਬਾਅਦ ਪਿੰਡ ਕੱਲ ਮਲੋਕ ਦਾ ਜੈਲਦਾਰ ਸੜਦਾ ਸੀ। ਇਹ ਉਸਨੂੰ ਆਪਣੇ ਲਈ ਵਿਗਾਰ ਲੱਗਦੀ ਸੀ, ਜਿਸ ਕਰਕੇ ਉਸਨੇ ਆਪਣੇ ਥਾਣੇਦਾਰ ਦੋਸਤ ਨਾਲ ਮਿਲ ਕੇ ਜੱਗੇ ਨੂੰ ਝੂਠੇ ਕੇਸ ਵਿੱਚ 4 ਸਾਲ ਲਈ ਕੈਦ ਕਰਵਾ ਦਿੱਤੀ। ਫਿਰ ਜਦੋਂ ਜੱਗਾ ਰਿਹਾ ਹੋ ਕੇ ਆਇਆ ਤਾਂ ਨੇੜਲੇ ਪਿੰਡ ਭਾਈ ਫੇਰੂ ਵਿਖੇ ਚੋਰੀ ਦੀ ਵਾਰਦਾਤ ਹੋਈ ਸੀ। ਜੈਲਦਾਰ ਅਤੇ ਉਸਦੇ ਦੋਸਤ ਅਸਗਰ ਅਲੀ ਨੂੰ ਜੱਗੇ ਨੂੰ ਦੁਬਾਰਾ ਤੰਗ ਕਰਨ ਦਾ ਮੌਕਾ ਮਿਲਿਆ ਅਤੇ ਉਸਨੇ ਜੱਗੇ ਨੂੰ ਥਾਣੇ ਹਾਜ਼ਰੀ ਦੇਣ ਲਈ ਕਿਹਾ। ਜੱਗੇ ਦੇ ਦੋਸਤਾਂ ਅਤੇ ਹੋਰ ਸਿਆਣੇ ਬੰਦਿਆਂ ਨੇ ਉਸਨੂੰ ਥਾਣੇ ਹਾਜ਼ਰੀ ਦੇਣ ਲਈ ਮਨਾਉਣਾ ਚਾਹਿਆ, ਪਰ ਉਹ ਨਾ ਮੰਨਿਆ। ਪੁਲਿਸ ਦੇ ਵਤੀਰੇ ਤੋਂ ਅੱਕੇ ਹੋਏ ਉਸਨੇ ਪਿੰਡ ਕੰਗਣਪੁਰ ਵਿਖੇ ਇੱਕ ਸਿਪਾਹੀ ਤੋਂ ਰਫਲ ਖੋਹ ਕੇ ਉਸਨੂੰ ਮਾਰ ਦਿੱਤਾ। ਉਸ ਦਿਨ ਤੋਂ ਉਹ ਡਾਕੂ ਹੋ ਗਿਆ, ਪਰ ਉਹ ਹਮੇਸ਼ਾ ਅਮੀਰਾਂ ਨੂੰ ਲੁੱਟਦਾ ਅਤੇ ਗਰੀਬਾਂ ਦੀ ਮਦਦ ਕਰਦਾ ਸੀ। ਪਹਿਲਾ ਡਾਕਾ ਉਸਨੇ ਲਾਹੌਰ ਅਤੇ ਕਸੂਰ ਜ਼ਿਲ੍ਹਿਆਂ ਦੀ ਹੱਦ 'ਚ ਪੈਂਦੇ ਪਿੰਡ ਘੁਮਿਆਰੀ ਵਿਖੇ ਇੱਕ ਸੁਨਿਆਰੇ ਦੇ ਘਰ ਮਾਰਿਆ, ਜਿਸ ਵਿੱਚ ਉਸਦੇ ਦੋਸਤ ਝੰਡਾ ਅਤੇ ਠਾਕਰ ਵੀ ਨਾਲ ਸੀ। ਉਹਨਾਂ ਨੇ ਸੋਨਾ ਲੁੱਟਿਆ ਅਤੇ ਕਿਸਾਨਾਂ ਦੇ ਕਰਜ਼ੇ ਵਾਲੀਆਂ ਕਾਪੀਆਂ ਨੂੰ ਸਾੜ ਦਿੱਤਾ। ਇਸ ਤੋਂ ਬਾਅਦ ਉਸਨੇ ਆਪਣੇ ਬਚਪਨ ਦੇ ਦੋਸਤ ਸੋਨ ਤੇਲੀ, ਬਾਂਤਾ ਸਿੰਘ ਅਤੇ ਭੋਲਾ ਅਤੇ ਬਾਵਾ ਅਤੇ ਲਾਲੋ ਨਾਈ ਨਾਲ ਮਿਲ ਕੇ ਆਪਣੀ ਟੋਲੀ ਬਣਾਈ ਅਤੇ ਲਾਲੋ ਨਾਈ ਪੂਰੀ ਟੋਲੀ ਦਾ ਖਾਣਾ ਬਣਾਉਂਦਾ ਸੀ। ਆਖਿਰ ਕਿਵੇਂ ਹੋਈ ਜੱਗੇ ਡਾਕੂ ਦੀ ਮੌਤ? ਜੱਗੇ ਦੇ ਪਿੰਡ ਨੇੜੇ ਹੀ ਸਿੱਧੂਪੁਰ ਪਿੰਡ ਦਾ ਇੱਕ ਹੋਰ ਡਾਕੂ ਮਲੰਗੀ ਸੀ। ਉਸਦਾ ਇੱਕ ਸਾਥੀ ਸੀ ਹਰਨਾਮ ਸਿੰਘ। ਮਲੰਗੀ ਮੁਸਲਮਾਨ ਪਰਿਵਾਰ ਦਾ ਮੁੰਡਾ ਸੀ ਅਤੇ ਹਰਨਾਮ ਸਿੰਘ ਇੱਕ ਗਰੀਬ ਸਿੱਖ ਕਿਸਾਨ ਪਰਿਵਾਰ ਦਾ ਮੁੰਡਾ ਸੀ। ਇੱਕ ਵਾਰ ਕਿਸੇ ਨੇ ਖਬਰ ਕਰ ਦਿੱਤੀ ਅਤੇ ਮਲੰਗੀ ਤੇ ਹਰਨਾਮਾ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ। ਇੱਕ ਦਿਨ ਜੱਗੇ ਨੇ ਸਾਥੀਆਂ ਨਾਲ ਮਲੰਗੀ ਦੀ ਮਾਂ ਦੀ ਖਬਰਸਾਰ ਲੈਣ ਸਿੱਧੂਪੁਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉੱਥੇ ਉਹ ਜਾਣਾ ਚਾਹੁੰਦਾ ਸੀ ਅਤੇ ਮਲੰਗੀ ਨੂੰ ਮਰਵਾਉਣ ਵਾਲੇ ਉਸਦੀ ਅੱਖ 'ਚ ਰੜਕਦੇ ਸੀ। ਮਲੰਗੀ ਦਾ ਡੇਰਾ ਉੱਜੜਿਆ ਪਿਆ ਸੀ ਤੇ ਸਿਰਫ ਅੰਨੀ ਮਾਂ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ। ਜੱਗੇ ਨੇ ਦੁਪਹਿਰ ਡੇਰੇ ਤੇ ਹੀ ਕੱਟਣ ਦਾ ਫੈਸਲਾ ਕਰ ਲਿਆ ਅਤੇ ਲਾਲੋ ਨਾਈ ਨੂੰ ਖਾਣਾ ਤਿਆਰ ਕਰਨ ਲਈ ਕਿਹਾ। ਜੱਗੇ ਨੂੰ ਮਾਰਨ ਲਈ ਰੱਖੇ ਇਨਾਮ ਦੇ ਲਾਲਚ ਦੇ ਵਿੱਚ ਨੇੜੇ ਪੈਂਦੇ ਆਪਣੇ ਪਿੰਡ ਲੱਖੂਕੇ ਤੋਂ ਆਪਣੇ ਭਾਈਆਂ ਨੂੰ ਬੁਲਾ ਲਿਆ। ਉਸਨੇ ਉਹਨਾਂ ਨੂੰ ਜੱਗੇ ਹੋਰਾਂ ਨਾਲ ਸ਼ਰਾਬ ਪੀਣ ਨੂੰ ਕਿਹਾ। ਪੰਤਾ ਤੇ ਜੱਗਾ ਸ਼ਰਾਬ ਪੀਣ ਲੱਗ ਪਏ। ਸੋਹਣ ਤੇਲੀ ਨੇ ਪੀਣ ਤੋਂ ਨਾਂਹ ਕਰ ਦਿੱਤੀ ਅਤੇ ਲੱਖੂਕੇ ਆਪਣੇ ਇੱਕ ਦੋਸਤ ਨੂੰ ਮਿਲਣ ਜਾਣਾ ਸੀ। ਸ਼ਰਾਬੀ ਹੋਏ ਜੱਗੇ ਤੇ ਬਾਂਤੇ ਨੂੰ ਰੋਟੀ ਖਾਣ ਮਗਰੋਂ ਨੀਂਦ ਆਉਣ ਲੱਗ ਗਈ ਅਤੇ ਉਹ ਬੋਰਡ ਦੇ ਰੁੱਖ ਥੱਲੇ ਇੱਕ ਮੰਜੇ ਤੇ ਪੈ ਗਏ। ਸੋਹਣ ਤੇਲੀ ਆਪਣੇ ਦੋਸਤ ਨੂੰ ਮਿਲਣ ਚਲ ਗਿਆ। ਮੌਕਾ ਦੇਖ ਲਾਲੂ ਅਤੇ ਉਸਦੇ ਭਾਈਆਂ ਨੇ ਸੁੱਤੇ ਪਏ ਜੱਗੇ ਤੇ ਬਾਂਤੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸੋਹਣ ਤੇਲੀ ਗੋਲੀਆਂ ਦੀ ਆਵਾਜ਼ ਸੁਣ ਕੇ ਵਾਪਸ ਆਇਆ, ਪਰ ਜਦੋਂ ਉਹ ਲਹੂ ਨਾਲ ਭਿੱਜੀਆਂ ਲਾਸ਼ਾਂ ਦੇਖ ਗੁੱਸੇ ਵਿੱਚ ਲਾਲੂ ਨੂੰ ਪੈਣ ਲੱਗਿਆ ਤਾਂ ਉਸਦੇ ਭਰਾ ਨੇ ਉਸਦੀ ਪਿੱਠ ਵਿੱਚ ਗੋਲੀ ਮਾਰ ਕੇ ਉਸਨੂੰ ਵੀ ਮਾਰ ਮੁਕਾਇਆ ਅਤੇ ਇਸ ਦਾ ਜ਼ਿਕਰ ਇੱਕ ਗੀਤ ਵਿੱਚ ਵੀ ਮਿਲਦਾ ਹੈ। ਜੱਗਾ ਵੱਡਿਆ ਬੋੜ ਦੀ ਛਾਵੇਂ, ਨੌ ਮਾਰ ਰੇਤ ਭਿੱਜ ਗਈ ਪੂਰਨਾ, ਨਾਈਆਂ ਨੇ ਵੱਢ ਛੱਡਿਆ ਜੱਗਾ ਸੂਰਮਾ। ਇਹ ਤਾਂ ਸੀ ਕੁਝ ਗੱਲਾਂ ਬਾਤਾਂ ਜੱਗੇ ਡਾਕੂ ਦੀ ਜ਼ਿੰਦਗੀ ਦੇ ਬਾਰੇ ਤੇ ਮਿਲਦੇ ਹਾਂ ਨਵੀਂ ਵੀਡੀਓ ਨਾਲ ਜਲਦੀ। ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਜਿਨ੍ਹਾਂ ਨੇ ਸਾਡਾ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ ਯੂਟਿਊਬ ਦੀ ਫੈਮਿਲੀ ਹੋ ਸਕੇ ਹੋਰ ਵੱਡੀ। ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦਬਾ ਦਿਓ ਬੈਲ ਦਾ ਆਈਕਾਨ।